ਈਵਨ ਪੰਜਾਬੀ ਨਿਡਰ ਨਿਰਪੱਖ ਅਤੇ ਨਵੀਂ ਸੋਚ ਮੈਂ ਤੁਹਾਡਾ ਦੋਸਤੋ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ। ਕਰੰਟ ਇਸ਼ੂ ਦੀ ਚੱਲਦੇ ਬਠਿੰਡੇ ਦੋਸਤੋ, ਬਹੁਤ ਦੁੱਖ ਭਰੀ ਖਬਰ ਆ ਰਹੀ ਹੈ ਕਿ ਬਠਿੰਡੇ ਦੇ ਮੌੜ ਮੰਡੀ ਤੋਂ ਇੱਕ ਅਜਿਹੀ ਖਬਰ ਹੈ ਕਿ ਇੱਕ ਵਿਅਕਤੀ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਆਮ ਆਦਮੀ ਪਾਰਟੀ ਦੇ ਉਮੀਦਵਾਰ ਕੌਣ ਸਨ ਔਰ ਕਦੋਂ ਤੋਂ ਇਹ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਸਨ, ਪੂਰੀ ਡਿਟੇਲ ਦੇਣ ਵਾਸਤੇ ਬਠਿੰਡੇ ਤੋਂ ਜੁਗਨੂ ਸ਼ਰਮਾ ਜੀ ਜੁੜ ਚੁੱਕੇ ਨੇ, ਉਹਨਾਂ ਤੋਂ ਲੈਂਦੇ ਹਾਂ ਅਪਡੇਟ। ਜੁਗਨੂ ਜੀ, ਇਸ ਖਬਰ ਨੂੰ ਲੈ ਕੇ ਕੀ ਜਾਣਕਾਰੀ ਹੈ ਤੁਹਾਡੇ ਕੋਲ? ਜੀ ਸੋ, ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਹਰਵਿੰਦਰ ਸਿੰਘ ਹਿੰਦਾ ਜੇਠੂ ਕੇ ਹਲਕਾ ਮੌੜ ਮੰਡੀ ਤੋਂ ਜੋਨ ਗਿੱਲ ਕਲਾਂ ਦੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ, ਅਤੇ ਬੀਤੀ ਰਾਤ ਕੁਝ ਬਦਮਾਸ਼ਾਂ ਵੱਲੋਂ ਇਹਨਾਂ ਦਾ ਸਿਰ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜੀ, ਪਤਾ ਲੱਗ ਸਕਿਆ ਕਿ ਕੌਣ ਸ਼ਖਸ ਸੀ ਉਹ ਜੋ ਇਸ ਦੀ ਹੱਤਿਆ ਕਰਕੇ ਗਏ ਨੇ? ਜੀ, ਫਿਲਹਾਲ ਪੁਲਿਸ ਮੌਕੇ ਤੇ ਪਹੁੰਚ ਕੇ ਪੂਰੀ ਜਾਂਚ ਪੜਤਾਲ ਕਰ ਰਹੀ ਹੈ, ਬਟ ਜਿਹੜੇ SSP ਸਾਹਿਬ ਡਾਕਟਰ ਨਾਨਕ ਸਿੰਘ ਜੀ ਨੇ, ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਲੋਕਾਂ ਦੇ ਨਾਲ, ਤਿੰਨ ਲੋਕਾਂ ਦੇ ਨਾਲ ਇਹ ਹਰਵਿੰਦਰ ਸਿੰਘ ਹਿੰਦਾ ਬੀਤੀ ਰਾਤ ਨੂੰ ਸ਼ਰਾਬ ਪੀਣ ਗਿਆ ਸੀਗਾ, ਤੇ ਜਦੋਂ ਵਾਪਸ ਘਰੇ ਆਇਆ ਤੇ ਘਰੇ ਆਉਣ ਤੋਂ ਬਾਅਦ ਇਸ ਤੇ ਹਮਲਾ ਹੋਇਆ, ਤੇ ਜਿਸ ਤੋਂ ਬਾਅਦ ਸੁਬਹਾ ਇਸ ਦੀ ਘਰਵਾਲੀ ਨੂੰ ਪਤਾ ਲੱਗਾ ਕਿ ਜੋ ਉਸਦਾ ਪਤੀ ਹੈ ਹਰਵਿੰਦਰ ਸਿੰਘ ਹਿੰਦਾ, ਉਸਦੀ ਮੌਤ ਹੋ ਚੁੱਕੀ ਹੈ। ਜੀ, ਪੋਲੀਟੀਕਲ ਰੰਜਿਸ਼ ਨਜ਼ਰ ਆ ਰਹੀ ਹੈ ਜਾਂ ਕੋਈ ਆਪਸੀ ਇਹਨਾਂ ਦੀ ਪਰਿਵਾਰਿਕ ਰੰਜਿਸ਼ ਸੀ, ਕੁਛ ਇਹੋ ਜਿਹਾ ਮਸਲਾ ਸਾਹਮਣੇ ਆਇਆ ਕਿ ਨਹੀਂ? ਜੀ, ਤਸਵੀਰਾਂ ਦੇ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਜੋ ਹਰਵਿੰਦਰ ਸਿੰਘ ਹਿੰਦਾ ਹੈ, ਇਹ ਬੀਤੇ ਦਿਨ 4 ਤਰੀਕ ਨੂੰ ਜੋ ਲਾਸਟ ਡੇਟ ਸੀ ਜ਼ਿਲ੍ਹਾ ਪ੍ਰੀਸ਼ਦ ਦੀ ਚੋਣਾਂ ਦੇ ਜੋ ਨੋਮੀਨੇਸ਼ਨ ਫਾਈਲ ਕਰਨੇ ਸੀ, ਉਸ ਦੇ ਵਿੱਚ ਸਾਫ਼ ਤੌਰ 'ਤੇ ਦੇਖ ਸਕਦੇ ਤੁਸੀਂ RO ਸਾਹਿਬ ਦੇ ਨਾਲ ਪਿੱਕ ਕਰਾ ਰਹੇ ਨੇ, ਅਤੇ ਜਿਸ ਤੋਂ ਸਾਬਤ ਹੁੰਦਾ ਹੈ ਕਿ ਜੋ ਹਰਵਿੰਦਰ ਸਿੰਘ ਹਿੰਦਾ ਹੈ, ਇਹ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਸੀ, ਅਤੇ ਜ਼ਰੂਰ ਕਿਤੇ ਨਾ ਕਿਤੇ ਇਹ ਫਿਲਹਾਲ ਹਜੇ ਜਾਂਚ ਦਾ ਵਿਸ਼ਾ ਬਣਿਆ ਹੋਇਆ। ਜੀ, ਔਰ ਦੋਸਤੋ, ਇਹ ਜਾਂਚ ਦਾ ਵਿਸ਼ਾ ਹੈ ਕਿ ਉਸ ਦੀ ਪੋਲੀਟੀਕਲ ਰੰਜਿਸ਼ ਸੀ ਜਾਂ ਕੋਈ ਹੋਰ ਸੀਗਾ, ਇਹ ਸਾਰਾ ਕੁਛ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੇਗਾ, ਲੇਕਿਨ ਖੁਦ SSP ਸਾਹਿਬ ਦੇ ਨਾਲ ਜੋ ਗੱਲਬਾਤ ਹੋਈ ਹੈ ਉਹ ਤੁਸੀਂ ਸੁਣ ਸਕਦੇ। ਨਾਮ ਦਾ ਬੰਦਾ 42 ਏਜ ਹੈ ਜੀ, ਅਤੇ ਪਤਾ ਲੱਗਾ ਸੀ ਸਵੇਰੇ ਮੋਰਨਿੰਗ ਅਰਲੀ ਮੋਰਨਿੰਗ ਕਿ ਇਹਦਾ ਕੋਈ ਮਰਡਰ ਹੋ ਗਿਆ। ਹੁਣ ਆ ਕੇ ਜਦੋਂ ਵੇਖਿਆ ਤਾਂ ਇਹਦੇ ਸਿਰ 'ਚ ਇੱਕ ਸੱਟ ਹੈ, ਦੇਖਣ ਨੂੰ ਲੱਗਦਾ ਕਿ ਬਲੰਟ ਹੈ, ਬਟ ਉਹਦੇ ਵਿੱਚ ਹੋਲ ਹੈ ਬੈਕ ਆਫ ਦਾ ਸਕਲ 'ਚ। ਪਰਚਾ ਦਰਜ ਕਰ ਰਹੇ ਹਾਂ ਅਤੇ ਬੰਦੇ ਫੜਾਂਗੇ ਜਲਦੀ। ਸਰ, ਹੁਣ ਤੱਕ ਦੀ ਪੜਤਾਲ ਦੇ ਵਿੱਚ ਕੀ ਹੈ ਵੀ ਮਰਡਰ ਕਿਸ ਕਾਰਨ ਹੋਇਆ? ਕਾਰਨ ਹਜੇ ਦੱਸਣਾ ਤਾਂ ਮੁਸ਼ਕਲ ਹੈ, ਬਟ ਇਹ ਲੱਗਦਾ ਨਹੀਂ ਕਿ ਕੋਈ ਇਹੋ ਜਿਹੀ ਚੀਜ਼ ਹੈ ਕਿ ਪੋਲੀਟੀਕਲੀ ਕੁਛ ਹੋਇਆ ਹੋਵੇ। ਜੋ ਹਜੇ ਤੱਕ ਵੇਖਣ 'ਚ ਲੱਗਦਾ ਕਿ ਕੱਲ੍ਹ ਇਹਨੇ ਇੱਥੇ ਆ ਕੇ ਡਰਿੰਕ ਵਗੈਰਾ ਕੀਤੀ, ਕੋਈ ਅਣਪਛਾਤੇ ਬੰਦੇ ਆਏ ਸੀ 3 ਇਹਨਾਂ ਕੋਲ, ਜੋ ਇਹਦੀ ਵਾਈਫ ਦੇ ਬਿਆਨ ਦੇ ਮੁਤਾਬਕ ਰਾਤ ਨੂੰ 10-11 ਵਜੇ ਉਹਨਾਂ ਦੇ ਨਾਲ ਵੀ ਬਾਅਦ 'ਚ ਗਿਆ, ਅਤੇ ਜਦੋਂ ਗਿਆ ਅਤੇ ਉਸ ਤੋਂ ਬਾਅਦ ਡਰਿੰਕ ਕਰਕੇ ਵਾਪਸ ਆਇਆ, ਉਹਨਾਂ ਦੇ ਨਾਲ ਹੀ ਉਹਨਾਂ ਦੀ ਗੱਡੀ 'ਚ ਹੀ ਵਾਪਸ ਆਇਆ, ਬਟ ਸਵੇਰੇ ਇਹਦੀ ਵਾਈਫ ਨੇ ਇਹਦੀ ਡੈੱਡ ਬੋਡੀ ਦੇਖੀ ਇੱਥੇ। ਸਰ, ਉਹ ਬੰਦਿਆਂ ਦੀ ਕੋਈ ਪਹਿਚਾਣ ਸਰ? ਨਹੀਂ, ਹਜੇ ਕੋਈ ਪਹਿਚਾਣ ਨਹੀਂ, ਬਟ ਅਸੀਂ ਉਹੀ ਚੀਜ਼ 'ਤੇ ਫੋਕਸ ਕਰ ਰਹੇ ਕਿ ਜਿਹੜੇ 3 ਬੰਦੇ ਨੇ ਜਿਹੜੇ ਇਹਦੇ ਕੋਲ ਨੋਨ ਸੀਗੇ ਬੰਦੇ, ਕਿਉਂਕਿ ਇਹਨੇ ਆਪ ਕਿਹਾ ਸੀ ਕਿ ਮੈਂ ਜਾਣਦਾ ਇਹਨਾਂ ਨੂੰ, ਕੋਈ ਨਹੀਂ ਇਹ ਮੇਰੇ ਨਾਲ ਹੀ ਪੈਣਗੇ ਰਾਤ ਨੂੰ, ਸੋ ਉਹ 3 ਬੰਦਿਆਂ 'ਤੇ ਫੋਕਸ ਕਰ ਰਹੇ, ਉੱਥੋਂ ਫਿਰ ਅੱਗੇ ਦੇਖ। ਸਰ, ਇਹਦੇ ਕੋਲ ਕੋਈ ਲਾਇਸੈਂਸੀ ਹਥਿਆਰ ਹੈ ਆਪਦੇ ਕੋਲ? ਨਹੀਂ, ਉਹ ਤਾਂ ਪਾਰਟ ਆਫ ਇਨਵੈਸਟੀਗੇਸ਼ਨ ਹੈ, ਉਹ ਜਦੋਂ ਕਰਾਂਗੇ ਫਿਰ ਦੇਖਾਂਗੇ। ਹਜੇ ਤਾਂ ਸਾਡਾ ਫੋਕਸ ਜਿਹੜਾ ਮੇਨ ਹੈ ਉਹ ਇਸ ਚੀਜ਼ 'ਤੇ ਹੈ ਕਿ ਜਿਹੜੇ 3 ਬੰਦੇ ਸੀ ਜਿਹੜੇ ਕਿ ਇਹਦੇ ਨੋਨ ਹੈ, ਬਟ ਇਹਦੀ ਵਾਈਫ ਉਹਨਾਂ ਨੂੰ ਨਹੀਂ ਜਾਣਦੀ, ਸਾਹਮਣੇ ਆਉਣ 'ਤੇ ਸ਼ੀਸ਼ੇ ਇਸ ਕਿਵੇਂ ਪਛਾਣ ਸਕਦੀ ਹੈ, ਬਟ ਨਹੀਂ ਜਾਣਦੀ, ਅਸੀਂ ਉਹਨਾਂ 'ਤੇ ਫੋਕਸ ਕਰ ਰਹੇ ਕਿ ਉਹ 3 ਬੰਦੇ ਕੌਣ। ਇੱਕ ਵਾਰੀ ਫਿਰ ਦੱਸਣਾ ਚਾਹੁੰਦਾ ਦੋਸਤੋ, ਬਠਿੰਡੇ ਤੋਂ ਇਹ ਬੜੀ ਦੁੱਖ ਭਰੀ ਖਬਰ ਸੀ, ਬਠਿੰਡੇ ਦੇ ਮੌੜ ਮੰਡੀ ਤੋਂ, ਜਿੱਥੇ ਕਿ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿਸ ਨੂੰ ਕਿ ਕੁਝ ਲੋਕਾਂ ਨੇ ਗੋਲੀ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ, ਔਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਅਸਲੀ ਤੱਥ ਸਾਹਮਣੇ ਆਉਣਗੇ। ਇਹ ਸੀ ਹੁਣ ਤੱਕ ਦੀ ਅਪਡੇਟ, ਬਾਕੀ ਅਪਡੇਟ ਜਿਵੇਂ ਆਉਣਗੇ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ਈਵਨ ਪੰਜਾਬੀ TV ਦੇ ਨਾਲ। ਫੋਰ ਆਲ ਅਪਡੇਟਡ ਨਿਊਜ਼, ਪਲੀਜ਼ ਸਬਸਕ੍ਰਾਈਬ ਈਵਨ ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ।